ਜਲੰਧਰ ਰੂਰਲ ਪੁਲਿਸ ਦੀ ਜਿਹੜੀ ਸਾਡੀ ਨਸ਼ਾ ਵਿਰੋਧੀ ਮੁਹਿੰਮ ਹੈ ਉਹਦੀ ਬੜੀ ਕਾਮਯਾਬੀ ਮਿਲੀ ਹੈ। ਦੋ ਮੋਡਿਊਲ ਸਮਗਲਰਸ ਦੇ ਅਸੀਂ ਬਸਟ ਕੀਤੇ ਹੈ। ਜਿਹੜਾ ਪਹਿਲਾ ਮੋਡਿਊਲ ਹੈ ਉਹਦੇ ਤੋਂ 1.5 ਕਿਲੋ ਹੀਰੋਇਨ ਬਰਾਮਦ ਹੋਈ ਹੈ। ਮੁਖਤਿਆਰ ਸਿੰਘ ਅਤੇ ਕਰਨੈਲ ਸਿੰਘ ਨਾਮ ਦੇ ਦੋ ਬੰਦੇ ਨੇ ਫਿਰੋਜ਼ਪੁਰ ਏਰੀਏ ਦੇ ਔਰ ਦੋਨੇ ਕਾਫੀ ਦੇਰ ਤੋਂ ਸਮਗਲਿੰਗ ਦਾ ਧੰਦਾ ਕਰਦੇ ਆ। ਇਹ ਸਾਡਾ ਜਿਹੜਾ ਸ਼ਾਹਕੋਟ ਅਤੇ ਨਕੋਦਰ ਮਹਿਤਪੁਰ ਦਾ ਏਰੀਆ ਉੱਥੇ ਕਲਾਇੰਟਸ ਨੂੰ ਦੇਣ ਵਾਸਤੇ ਆ ਰਹੇ ਸੀ ਜਦੋਂ ਗਿੱਦੜਪਿੰਡੀ ਕੋਲ ਇਹਨਾਂ ਨੂੰ SHO ਲੋਹੀਆਂ ਦੀ ਪਾਰਟੀ ਨੇ ਇੰਟਰਸੈਪਟ ਕੀਤਾ। ਇਹਨਾਂ ਤੋਂ 1.5 ਕਿਲੋ ਹੀਰੋਇਨ ਬਰਾਮਦ ਹੋਈ। ਮੋਟਰਸਾਈਕਲ 'ਤੇ ਸਵਾਰ ਸੀ ਦੋਨੇ ਜਣੇ। ਇਹਨਾਂ ਦੀ ਜੋ ਪੁੱਛਗਿੱਛ ਤੋਂ ਪਤਾ ਲੱਗਿਆ ਕਿ ਇਹ ਬਾਰਡਰ ਏਰੀਏ ਦੇ ਰਹਿਣ ਵਾਲੇ ਨੇ ਔਰ ਉੱਥੇ ਇੱਕ ਹੋਰ ਸਮਗਲਰ ਹੈ ਜੋਗਿੰਦਰ ਸਿੰਘ ਜਿਹਦੇ ਨਾਲ ਇਹਨਾਂ ਦੇ ਤਲਕਾਤ ਨੇ ਔਰ ਕਾਫੀ ਦੇਰ ਤੋਂ ਇਹ ਹੀਰੋਇਨ ਦੇ ਸਮਗਲਿੰਗ ਦੇ ਧੰਦੇ ਦੇ ਵਿੱਚ ਆਪਣੇ ਆਪ ਨੂੰ ਇਹ ਕਾਫੀ ਐਕਟਿਵ ਉੱਥੇ ਕੀਤਾ ਹੋਇਆ ਇਹਨਾਂ ਨੇ ਔਰ ਬੈਕਗਰਾਊਂਡ ਇਹਨਾਂ ਦਾ ਕੋਈ ਇਹੋ ਜਿਹਾ ਪੁਰਾਣਾ ਕ੍ਰਿਮੀਨਲ ਨਹੀਂ ਮਿਲਿਆ ਕਿਉਂਕਿ ਪਹਿਲਾਂ ਫੜੇ ਨਹੀਂ ਗਏ। ਜੋ ਇਹਨਾਂ ਨੇ ਦੱਸਿਆ ਕਿ ਜਿਹੜੀ ਇਹ ਕੰਸਾਈਨਮੈਂਟ ਲੈ ਕੇ ਆਇਆ 1.5 ਕਿਲੋ ਹੀਰੋਇਨ ਦੀ, ਇਹ 16 ਲੱਖ ਰੁਪਏ ਦੀ ਇਹਨਾਂ ਨੇ ਖਰੀਦੀ ਸੀ ਹਰੀਕੇ ਦੇ ਨਾਲ ਬਾਰਡਰ ਦੇ ਉੱਤੇ, ਕਿਉਂਕਿ ਇਹਨਾਂ ਦੀਆਂ ਢਾਣੀਆਂ ਨੇ ਉੱਥੋਂ ਇਹਨਾਂ ਨੇ ਜੋਗਿੰਦਰ ਸਿੰਘ ਨਾਮ ਦੇ ਬੰਦੇ ਤੋਂ ਇਹ ਖਰੀਦੀ ਸੀ। ਔਰ ਜੋ ਡਿਸਪੋਜ਼ਲ ਬਾਰੇ ਦੱਸ ਰਹੇ ਹੈ, ਇਹ ਕਹਿੰਦੇ ਅਸੀਂ ਆਪਣੇ ਕਲਾਇੰਟਸ ਬਣਾਉਂਦੇ ਹਾਂ ਔਰ ਜਿਸ ਤਰ੍ਹਾਂ ਦੀ ਜਿਸ ਦੀ ਕਿਸੇ ਦੀ ਵੀ ਡਿਮਾਂਡ ਹੁੰਦੀ ਹੈ ਉਹ ਦੇਖ ਕੇ ਪ੍ਰਾਈਸ ਲਾ ਲੈਂਦੇ। ਕੋਈ ਫਿਕਸ ਪ੍ਰਾਈਸ ਨਹੀਂ, ਇਹਨਾਂ ਨੂੰ ਲੱਗਦਾ ਕਿ ਸਾਨੂੰ ਇਹ ਬੰਦਾ ਨੀਡੀ ਹੈ ਉਹਨੂੰ ਜ਼ਿਆਦਾ ਮਹਿੰਗੀ ਦੇ ਦਿੰਦੇ। ਇਸ ਤੋਂ ਇਲਾਵਾ ਜਿਹੜੀ CIA ਸਟਾਫ ਦੀ ਪਾਰਟੀ ਨੇ ਇੱਕ ਸੁਰਜੀਤ ਸਿੰਘ ਨਾਮ ਦਾ ਸਮਗਲਰ ਫੜਿਆ, ਉਹ ਡਿਸਟ੍ਰਿਕਟ ਅੰਮ੍ਰਿਤਸਰ ਖਲਚੀਆਂ ਦਾ ਰਹਿਣ ਵਾਲਾ, ਉੱਥੋਂ 30 ਗ੍ਰਾਮ ਹੀਰੋਇਨ ਮਿਲੀ ਹੈ। ਕਰਤਾਰਪੁਰ ਏਰੀਏ 'ਚ ਉਹ ਅਰੈਸਟ ਹੋਇਆ। ਉਹਦੇ ਤੋਂ ਵੀ ਇਹ ਪਤਾ ਲੱਗਿਆ ਕਿ ਬਾਰਡਰ ਏਰੀਆ ਜਿਹੜਾ ਹੈਗਾ ਖਾਸੇ ਤੋਂ ਉੱਪਰ ਉੱਥੋਂ ਉਹ ਸਮਗਲਰ ਜਿਹਦਾ ਨਾਮ ਅਸੀਂ ਅਜੇ ਨਹੀਂ ਡਿਸਕਲੋਜ਼ ਕਰ ਰਹੇ, ਉਹਨਾਂ ਤੋਂ ਇਹ ਜਿਹੜੀ ਕੰਸਾਈਨਮੈਂਟ 30 ਗ੍ਰਾਮ ਦੀ ਲੈ ਕੇ ਆਇਆ ਸੀ। ਔਰ ਇਸ ਗੱਲ ਦੇ ਵਿੱਚ ਮੇਨਲੀ ਇਕਨੋਮਿਕ ਰੀਜ਼ਨਸ ਨੇ ਇਹ ਸਾਰੇ ਕੇਸ। ਜਿਹੜੇ ਫਿਰੋਜ਼ਪੁਰ ਵਾਲੇ ਸਮਗਲਰ ਨੇ ਉਹਨਾਂ 'ਚੋਂ ਇੱਕ ਜਿਹੜਾ ਉਹ 50 ਈਅਰ ਓਲਡ ਹੈ, ਦੂਜਾ 27 ਸਾਲ ਦਾ। ਸੁਰਜੀਤ ਸਿੰਘ ਵੀ ਤਕਰੀਬਨ 30 ਸਾਲ ਦਾ ਹੈਗਾ ਔਰ ਗੈਸ ਏਜੰਸੀ ਦੇ ਵਿੱਚ ਇਹ ਕੰਮ ਕਰਦਾ ਬਤੌਰ ਹੈਲਪਰ। ਇਹਦੀ ਜਿਹੜੀ ਕੰਪਨੀ ਹੈ ਉਹ ਜੀ ਲੋਕਾਂ ਨਾਲ ਉਹ ਵੀ ਜਿੱਦਾਂ ਇਹਨੂੰ ਲੱਗਿਆ ਕਿ ਜਲਦੀ ਮੈਂ ਪੈਸੇ ਕਮਾ ਲਾਂ। ਉਹਨਾਂ ਨੇ ਦੱਸਿਆ ਜੀ ਜੋਗਿੰਦਰ ਸਿੰਘ ਨਾਮ ਦਾ ਇੱਕ ਸਮਗਲਰ ਹੈ ਜਿਹੜਾ ਕਿ ਬਿਲਕੁਲ ਬਾਰਡਰ ਦੇ ਉੱਤੇ ਰਹਿੰਦਾ, ਉਸ ਤੋਂ ਲੈ ਕੇ ਆਉਂਦੇ ਔਰ ਉਹ ਪਾਕਿਸਤਾਨ ਦੇ ਸਮਗਲਰਸ ਨਾਲ ਉਹਦਾ ਕੰਟੈਕਟ ਆ ਗਏ। ਉਹਨਾਂ ਦੇ ਥਰੂ ਜਿਹੜਾ ਬਾਰਡਰ ਦੇ ਜਾਂ ਤਾਂ ਥਰੋਇੰਗ ਕਰਦੇ ਆ ਜਾਂ ਇਨਫਿਲਟ੍ਰੇਸ਼ਨ ਕਰਦੇ ਆ, ਉਸ ਤਰੀਕੇ ਨਾਲ ਆਪਣੀ ਆਪਣੀਆਂ ਕੰਸਾਈਨਮੈਂਟ ਜਿਹੜੀ ਹੁਣ ਤੱਕ ਉਹ ਪੁਸ਼ ਥਰੂ ਕਰਦੇ ਰਹੇ। ਸਰ ਇਹਨਾਂ ਦੀ ਪ੍ਰੋਫਾਈਲ ਕਿੱਦਾਂ ਦੀ ਪਕੜੇ ਗਏ ਆ? ਫੈਮਿਲੀ ਪ੍ਰੋਫਾਈਲ ਕੋਈ ਜ਼ਿਆਦਾ ਅਮੀਰ ਨਹੀਂ ਹੈ, ਇਕਨੋਮਿਕਲੀ ਕੋਈ ਬਹੁਤੇ ਵੈਲ ਆਫ ਨਹੀਂ ਹੈ ਅਤੇ ਇਸ ਧੰਦੇ ਦੇ ਵਿੱਚ ਲੱਗੇ ਹੋਏ ਆ ਅਤੇ ਇਸ ਤੋਂ ਪਹਿਲਾਂ ਫੜੇ ਨਹੀਂ ਗਏ। ਉਹਦੇ ਨਾਲ ਇਹਨਾਂ ਨੇ ਆਪਣਾ ਘਰ ਪਰਿਵਾਰ ਵਗੈਰਾ ਕੰਸਿਡਰੇਬਲੀ ਠੀਕ ਬਣਾ ਲਿਆ।